ਸਾਡੀਆਂ ਦੁਆਈ ਮੁਸਤਜਾਬ ਫਰਮਾ। ਮਾਲਿਕ ਅੱਲਾ ਇਸ ਘਰ ਨੂੰ ਤਾ ਕਯਾਮੇ ਇਮਾਮੇ ਜ਼ਮਾਨਾ ਕਾਇਮ ਔਰ ਦਾਇਮ ਫਰਮਾ। ਭਾਈ ਮੋਹਸਨ ਅਬਾਸ ਨੂੰ ਮੌਲਾ ਦੁੱਖਾਂ ਮੁਸੀਬਤਾਂ ਤਕਲੀਫਾਂ ਪਰੇਸ਼ਾਨੀਆਂ ਤੂੰ ਮਹਿਫੂਜ਼ ਫਰਮਾ। ਸਾਦਾਤ ਮੋਮਿਨੀਨ ਦੇ ਵਿਹੜੇ ਵਸਦੇ ਰਹਿਣ। ਇਹ ਇਜਾਜ਼ਤ ਕਿਬਲਾ ਨੌਕਰੀ ਸ਼ੁਰੂ ਕਰੀ। ਸਲਵਾਤ ਸਰ ਉੱਚੇ ਆਵਾਜ਼ ਨਾਲ ਸਰ ਹਜ਼ਰਾਤ ਨੂੰ أعوذ بالله من الشيطان اللعين الرجيم بسم الله الرحمن الرحيم بلن سلوى الحمد لله رب العالمين الصلاة والسلام على أشرف الأنبياء والمرسلين جي سلوى سردار صاحب ਮੈਂ ਵੀ ਬਹੁਤ ਸਫ਼ਰ ਕਰਕੇ ਆਇਆ, ਮਜਲਸਾਂ ਵੀ ਪੜ੍ਹ ਕੇ ਆਇਆ। ਮੈਨੂੰ ਦੱਸੋ, ਮੈਂ ਕੋਈ ਥੱਕੋ ਜਾਂ ਖੁਤਬਾ ਪੇ ਪੜ੍ਹਨ ਹੈ ਜੀ? ਅਤੇ ਮੁੜ ਤੁਸੀਂ ਥੱਕੀ ਹੋਈ ਸਲਵਾਤ ਕਿਉਂ ਪੇ ਪੜ੍ਹਦੇ? ਦਿਲ ਚਾਹੁੰਦਾ ਹੈ ਭਾਈ ਅਬੂਜ਼ਰੀ ਸਾਹਿਬ ਮੌਲਾ ਦੇ ਅਦੀਬ ਜ਼ਾਕਰ ਬਹੁਤ ਸੋਹਣੇ ਅਲਫਾਜ਼ ਉਹਨਾਂ ਬੜੇ ਸੋਹਣੇ ਲਫਜ਼ਾਂ ਦਾ, ਔਰ ਮੇਰੇ ਬਾਅਦ ਜਿੰਨਾ ਪੜ੍ਹਨਾ ਹੈ ਉਹ ਵੀ ਮੌਲਾ ਦੇ ਅਦੀਬ ਜ਼ਾਕਰ ਜੜਵੀ ਸਾਹਿਬ। ਪਹਿਲੇ ਵਾਲੇ ਵੀ ਅਦੀਬ, ਬਾਅਦ ਵਾਲੇ ਦੇ ਵਿੱਚ ਸ਼ੁਦਾ ਗਰੀਬ ਫਸ ਗਿਆ। ਚਲੋ ਜੀ ਫਿਰ ਆਓ। ਮੇਰਾ ਦਿਲ ਚਾਹੁੰਦਾ ਹੈ ਉਹਨਾਂ ਉਰਦੂ ਵਿੱਚ ਤੁਹਾਨੂੰ ਕਸੀਦਾ ਸੁਣਵਾਇਆ ਸਰੈਕੀ ਹੈ, ਮੈਂ ਮੌਲਾ ਦੀ ਸ਼ਾਨ ਦਾ ਕਸੀਦਾ ਅਰਬੀ ਚ ਸੁਣਵਾਵਾਂ। ਅਸਲਾਤੁ ਵਸਲਾਮ ਵਲਾ ਅਖੀਹੀ ਵਜ਼ੀਰਹੀ। ਨਬੀ ਫਰਮਾਇੰਦੇ ਮੇਰਾ ਭਰਾ ਹੀ ਅਲੀ ਹੈ, ਮੇਰਾ ਜਾਨਸ਼ੀਨ ਹੀ ਅਲੀ ਹੈ। ਸਿਰੇ ਭਰਾ ਤੇ ਵਸੀ ਨਹੀਂ ਵਾਰਿਸ ਇਲਮੇ ਹੀ। ਜਿਤਨਾ ਅੱਲਾ ਮੈਂ ਮੁਹੰਮਦ ਨੂੰ ਇਲਮ ਅਤਾ ਕੀਤਾ, ਸਾਰੇ ਇਲਮ ਦਾ ਵਾਰਿਸ ਮੇਰਾ ਭਰਾ ਅਲੀ। ਇਲਮ ਅਲਵਲੀਨ ਵਲਾਖਰੀਨ ਅਸਦਿਲਾਹ ਗਾਲਿਬ ਗਾਲਿਬ ਅਲਾ ਕੁਲ ਗਾਲਿਬ ਇਮਾਮ ਅਲ ਮਸ਼ਾਰਿਕ ਵਲ ਮਗਾਰਿਬ। ਸ਼ਾਬਾਸ਼ ਜਿਹੜੇ ਬੋਲੇ ਹੋ। ਕੋਈ ਤਹਿਸੀਲਾਂ ਦਾ ਇਮਾਮ, ਕੋਈ ਜ਼ਿਲ੍ਹਿਆਂ ਦਾ, ਕੋਈ ਮੌਜ਼ਿਆਂ ਦਾ, ਕੋਈ ਸੂਬਿਆਂ ਦਾ, ਅਲੀ ਉਹ ਇਮਾਮ ਹੈ ਜਿਹੜਾ ਮਸ਼ਰਕ ਦਾ ਇਮਾਮ ਹੈ, ਮਗਰਬ ਦਾ ਇਮਾਮ। ਕਾਲੇ ਲਿਬਾਸ 'ਚ ਮਾਤਮੀ ਬੈਠੇ ਹੋ। ਮੇਰਾ ਦਿਲ ਚਾਹੁੰਦਾ ਹੈ ਅੱਜ ਕਲਮ ਚੌਧਰੀ ਸ਼ਜਰ ਅਬਾਸ ਸ਼ਜਰ ਮਰਹੂਮ ਉਹਨਾਂ ਦੀ ਕਲਮ ਦੀ ਰੁਬਾਈ ਸੁਣਵਾਵਾਂ। ਮਾਤਮੀ ਦੁਨੀਆ ਤੋਂ ਟੁਰ ਗਿਆ, ਪੁੱਤਰ ਦੇ ਖਾ ਵਿੱਚ ਆਇਆ। ਪੁੱਤਰ ਦੌਰਾਨ ਨੇ ਖਾ ਪੁੱਛਿਆ, ਬਾਬਾ ਕਬਰ 'ਚ ਕਿਵੇਂ ਨਿਭੀ? ਪਾਕ ਹੁਸੈਨ ਦਾ ਮਾਤਮਦਾਰ ਪੁੱਤਰ ਦਾ ਮੁਖਾਤਿਬ ਹੋ ਕੇ ਆਦਾ, ਕੋਈ ਕਬਰ ਦਾ ਅਜ਼ਾਬ ਔਖਾ ਨਹੀਂ, ਮਰ ਕਦਮੇ ਅਜਬ ਇਸ਼ਕ ਕਹਾਣੀ ਦੇਖੀ। ਮੌਲਾ ਤੁਹਾਨੂੰ ਰੰਗ ਲਾਏ। ਮਰਕਦ ਮੇ ਅਜਬ ਇਸ਼ਕ ਕਹਾਣੀ ਦੇਖੀ, ਵਹਾਂ ਕੀ ਹਰ ਚੀਜ਼ ਨਿਰਾਲੀ ਔਰ ਸੁਹਾਨੀ ਦੇਖੀ। ਮਾਤਮੀਆਂ ਦੇ ਦੋਨੋਂ ਹਾਥੋਂ ਸੇ ਮਲਾਇਕਾ ਨੇ ਕੀਆ ਮੁਝਕੋ ਸਲਾਮ, ਜਬ ਮੇਰੇ ਸੀਨੇ ਪੇ ਮਾਤਮ ਕੀ ਨਿਸ਼ਾਨੀ। ਹੁਣ ਕੀ ਪ੍ਰੋਗਰਾਮ ਹੈ, ਸੋਹਣਾ ਤੁਹਾਡਾ ਮਾਹੌਲ ਬਣ ਗਿਆ। ਆਖੋ ਤਾਂ ਇੱਕ ਦੋ ਜਟਾ ਕੇ ਕਸੀਦੇ ਸੁਣਵਾ। ਚਲੋ ਜੀ ਸਲਵਾਤ ਕੁਛ ਆਵਾਜ਼ ਨਾਲ ਸਰ।
آباد ارشاد رہو مولا تن رنگ لائے جی میں ایک بزرگان دا خاتے ہار رکھ کے قصیدہ پڑھنا انہیں میں جناب نو قصیدہ سنوانا چاہنا یہ تو بہت بڑے شاعر ہیں ابو ذری صاحب جھنڈوی صاحب ایسا بس کدی کدی لکھنے ہیں کچھ گلہ میری سمجھ اچ نہیں آئیاں او میں لکھیاں کٹھیاں کیتیاں تو او جناب نو سنوا چھوڑا اے اجازت آئے او علی علی نہیں سمجھ آئی جو علی علی کرتا کوئی ہے تے سڑتا کوئی ہے چلا تو سجی میرا او علی علی کرے زنجیر کرے کوئی کرے کوئی ڈرے کوئی تسا جناب کیوں تکلیف کیتی مولا تم صحت دے وے صدقہ امام حسین دا بچیاں نال آباد ارشاد ہو علی علی کرے کوئی سڑے کوئی ماتم زنجیر کرے کوئی تے ڈرے کوئی سارے عاشق بیٹھے ہیں جتنے ہی بیٹھے ہیں اساں سارے دا دعوی جو سانو ولی نال محبت تے بھلا اس بندے دے کے بخت سن جہد نال علی محبت کرے تھوڑے بندے بولو کائنات علی نال پیار کرے تے علی اپنے ملنگ نال پیار کرے او ملنگ ہے کون نیاز حسین پوری توجہ عشق علی انمول ہے محبت علی اچ سولی کوئی چڑھدا ہے تے بغض علی اچ بیٹھو ہویا تخت تے مر کوئی بندا ہے جوانیاں سلامت چلا تسا جیندے رہو جی بابا راضی بیٹھے ہو سائیں جی میں ذاکر آدن نا بھئیے ساڑا ٹیپ دا مصرہ شاید انج خیال تے انج وقت مصرہ نہ لکھی وے اے میرا ٹیپ دا مصرہ چوی رجاب فتح خیبر دا دہاڑا لشکر رسول دا ولے مدینے جڑے مدینے رہ گیا ان انہاں سلیمان تو پوچھیا جدن دا خیبر چو ولے ہو ہر پاس سونا ہی سونا ہے اگے انہاں دے کول تلوار ترکھی کراون دے پیسے کوئی نہ لوں دے انہاں دے بال پنڈ دیاں گکڑاں نال کھیڈ دے ہیں تے جدن دے خیبر چوں ولے او سونا مکدا ہی نہیں اے سونا آیا کیویں سلیمان توں تے خیبر چ نہ لاؤں ایک اساں نوں دسا سلیمان مسکرا کے آدھا راز میں جاننا یاد انسان ہوئی دسا سلیمان اچھا بول کے آدھا ہے رتبہ نیرالا میرے پیرے دا رتبہ نیرالا میرے پیرے دا سونا آیا صدقہ امیر دا
है।